ਸੀਵਰੇਜ ਯੂਨੀਅਨ ਫਗਵਾੜਾ ਦੇ ਕਰਮਚਾਰੀ ਉਹਨਾਂ ਨੂੰ ਮੁੜ ਤੋਂ ਨਗਰ ਨਿਗਮ ਵਿੱਚ ਵਾਪਸ ਲੈ ਜਾਣ ਦੀ ਮੰਗ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਹੜਤਾਲ ਤੇ ਬੈਠੇ ਹੋਏ ਸਨ। ਹਲਕਾ ਵਿਧਾਇਕ ਫਗਵਾੜਾ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਕਰਮਚਾਰੀਆਂ ਨੂੰ ਆਸ਼ਵਾਸਨ ਦੇਣ ਤੋਂ ਬਾਅਦ ਕਰਮਚਾਰੀਆਂ ਨੇ ਹੜਤਾਲ ਵਾਪਸ ਲੈ ਲਈ ਹੈ। ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਆਖਿਆ ਕਿ ਕਰਮਚਾਰੀਆਂ ਦੀਆਂ ਮੰਗਾਂ ਦਾ ਮੁੱਦਾ 3 ਮਹੀਨੇ ਬਾਅਦ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਵਿੱਚ ਉਠਾਇਆ ਜਾਵੇਗਾ। ਸੀਵਰੇਜ ਇੰਪਲਾਈਜ਼ ਵੱਲੋਂ ਜਿਹੜੀ ਹੈਗੀ ਆ ਪਿਛਲੇ 10-11 ਦਿਨ ਤੋਂ ਫਗਵਾੜਾ ਸ਼ਹਿਰ ਵਿੱਚ ਜਿਹੜਾ ਹੜਤਾਲ ਰੱਖੀ ਗਈ ਸੀਗੀ, ਕਿਉਂਕਿ ਇਹਨਾਂ ਦੀ ਮੰਗ ਹੈਗੀ, ਇੱਕੋ ਇੱਕ ਮੰਗ ਹੈਗੀ ਹੈ ਕਿ ਸਾਨੂੰ ਵਾਪਸ ਸੀਵਰੇਜ ਡਿਪਾਰਟਮੈਂਟ ਤੋਂ ਵਾਪਸ ਲੈ ਕੇ ਕਾਰਪੋਰੇਸ਼ਨ ਡਿਪਾਰਟਮੈਂਟ ਵਿੱਚ ਜਾਂਦਾ ਜਾਵੇ। ਬੇਸ਼ੱਕ ਆਪਣੇ ਕਾਰਪੋਰੇਸ਼ਨ ਮਹਿਕਮੇ ਵੱਲੋਂ ਦਫ਼ਤਰ ਵੱਲੋਂ ਇਸ ਸੰਬੰਧੀ ਰੈਜੋਲੂਸ਼ਨ ਪਾ ਕੇ ਸਰਕਾਰ ਨੂੰ ਭੇਜਿਆ ਜਾ ਚੁੱਕਾ ਹੈ, ਔਰ ਕਿਉਂਕਿ ਇਹ ਥੋੜ੍ਹਾ ਲੈਂਥੀ ਪ੍ਰੋਸੈਸ ਹੈਗਾ, ਲੰਬਾ ਪ੍ਰੋਸੀਜਰ ਹੈ, ਤਾਂ ਕੈਬਨਿਟ ਵਿੱਚ ਹੋ ਗਿਆ ਡਿਸੀਜਨ ਕਰਕੇ ਇਹਦਾ ਬੋਲਿਆ ਹੈਗਾ। ਇਸ ਕਰਕੇ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਹੈਗਾ ਕਿ ਇਹਨਾਂ ਦੀ ਜਿਹੜੀ ਮੰਗ ਹੈ ਜਲਦ ਤੋਂ ਜਲਦ ਪੂਰੀ ਕਰ ਦਿੱਤੀ ਜਾਊਗੀ। ਔਰ ਨਾਲ ਹੀ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਸ਼ਹਿਰ ਦੀ ਮੁਸ਼ਕਲ ਨੂੰ ਮੁੱਖ ਰੱਖਦੇ ਹੋ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਜਦੋਂ ਤੱਕ ਸਾਰੇ ਇੰਪਲੋਈ ਪੂਰੀ ਸਟਰੈਂਥ ਨਾਲ ਕੰਮ ਨਾ ਕਰਦੇ ਹੋ ਤਾਂ ਸ਼ਹਿਰ ਵਿੱਚ ਸੀਵਰੇਜ ਦੀ ਜਿਹੜੀ ਪ੍ਰੋਬਲਮ ਆਉਂਦੀ ਹੈ। ਇਸ ਕਰਕੇ ਮੈਂ ਆਪਣੇ ਵੱਲੋਂ ਇਹਨਾਂ ਦਾ ਧੰਨਵਾਦ ਕਰਨਾ ਕਿ ਇਹਨਾਂ ਨੇ ਸ਼ਹਿਰ ਦੀ ਮੁਸ਼ਕਲ ਨੂੰ ਮੁੱਖ ਰੱਖਦੇ ਹੋਏ ਜਿਹੜੀ ਆਪਣੀ ਹੜਤਾਲ ਹੈਗੀ ਆ ਇਸ ਦੌਰ ਤੋਂ ਵਾਪਸ ਲੈ ਕੇ ਕਿ ਸਾਨੂੰ 3-4 ਮਹੀਨੇ ਵਿੱਚ ਜਿਹੜਾ ਹੈਗਾ ਸਰਕਾਰ ਦੇ ਵੱਲੋਂ ਫੈਸਲਾ ਕਰਵਾ ਦਿੱਤਾ ਜਾਵੇ। ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਅਸੀਂ 3-4 ਮਹੀਨੇ ਦੇ ਵਿੱਚ ਜਿਹੜਾ ਹੈਗਾ ਕਰਵਾ ਕੇ ਅਸੀਂ ਜ਼ਰੂਰ ਇਹਨਾਂ ਦੀ ਮੰਗ ਪੂਰੀ ਕਰਾਂਗੇ। ਇਸ ਸੰਬੰਧੀ ਕਰਮਚਾਰੀਆਂ ਨੇ ਇੱਕ ਮੰਗ ਪੱਤਰ ਵੀ ਬਲਵਿੰਦਰ ਸਿੰਘ ਧਾਲੀਵਾਲ ਨੂੰ ਦਿੱਤਾ। ਇਸ ਮੌਕੇ ਸੀਵਰੇਜ ਯੂਨੀਅਨ ਦੇ ਪ੍ਰਧਾਨ ਵਿਸ਼ਾਲ ਕੁਮਾਰ ਨੇ ਕਿਹਾ ਕਿ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਉਹਨਾਂ ਦੀਆਂ ਮੰਗਾਂ ਸੰਬੰਧੀ ਆਸ਼ਵਾਸਨ ਮਿਲਣ ਤੋਂ ਬਾਅਦ ਹੀ ਉਹਨਾਂ ਨੇ ਹੜਤਾਲ ਵਾਪਸ ਲੈ ਲਈ ਹੈ। ਅੱਜ ਸਾਡੇ ਹੜਤਾਲ ਨੂੰ 12ਵਾਂ ਦਿਨ ਆ, ਜੋ ਕਿ ਸਾਡੀ ਹੜਤਾਲ ਚੱਲ ਰਹੀ, ਜੋ ਸਾਡੀ ਵਾਪਸੀ ਆਉਣ ਦੀ ਕਾਰਪੋਰੇਸ਼ਨ ਦੇ ਵਿੱਚ ਆਉਣ ਦੀ, ਜੋ ਸਿਵਲ ਬੋਰਡ ਵਿੱਚ ਅਸੀਂ ਡੈਪੂਟੇਸ਼ਨ ਦਾ ਕੰਮ ਕਰ ਰਹੇ ਹਾਂ, ਉਹ ਸਾਡੀ ਵਾਪਸੀ ਆਉਂਦੀ। ਅੱਜ ਅਸੀਂ ਧਾਲੀਵਾਲ ਸਾਹਿਬ ਉਹਨਾਂ ਨੂੰ ਆਪਣਾ ਮੰਗ ਪੱਤਰ ਦਿੱਤਾ, ਉਹਨੇ ਸਾਨੂੰ ਵਿਸ਼ਵਾਸ ਦਵਾਇਆ ਕਿ 3 ਮਹੀਨੇ ਬਾਅਦ ਸੈਕਸ਼ਨ ਚੰਡੀਗੜ੍ਹ ਹੋਣਾ, ਉਹਦੇ ਵਿੱਚ ਤੁਹਾਡਾ ਮਤਾ ਰੱਖਿਆ ਜਾਊਗਾ ਔਰ ਤੁਹਾਡਾ ਪਹਿਲ ਦੇ ਧਾਰ 'ਤੇ ਤੁਹਾਨੂੰ ਵਾਪਸ ਕੀਤਾ ਜਾਊਗਾ। ਅਸੀਂ ਇੱਥੇ ਆਇਆਂ ਦੇ ਧਾਲੀਵਾਲ ਸਾਹਿਬ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਔਰ ਆਪਣੀ ਹੜਤਾਲ ਇੱਥੇ ਸਮਾਪਤ ਕਰਦੇ ਹਾਂ। ਜੇ 3 ਮਹੀਨੇ ਬਾਅਦ ਨਾ ਸਾਡੀ ਮੰਨੀ ਗਈ, 4 ਮਹੀਨੇ ਦਾ ਅਸੀਂ ਟਾਈਮ ਦੇ ਦਿੰਦੇ, ਫਿਰ ਅਸੀਂ ਇੱਥੇ ਦਰੀਆਂ 'ਤੇ ਬੈਠਾਂਗੇ ਔਰ ਫਿਰ ਪੂਰਾ ਅਸੀਂ ਮਹੀਨਾ ਬੈਠਾਂਗੇ, 2 ਮਹੀਨੇ ਬੈਠਾਂਗੇ, ਫਿਰ ਨਹੀਂ ਅਸੀਂ ਉੱਠਣਾ। ਸਵੇਰ ਤੋਂ ਕੰਮ ਸ਼ੁਰੂਆਤ ਹੋਊਗੀ ਔਰ ਅਸੀਂ ਆਪਣਾ ਟਾਈਮ ਲਾ ਕੇ ਜਿੰਨੇ ਵੱਧ ਤੋਂ ਵੱਧ ਸਾਡਾ ਕੰਮ ਹੋਊਗਾ ਵੱਧ ਤੋਂ ਵੱਧ ਕਰਾਂਗੇ, ਚਾਹੇ ਰਾਤ ਦੇ 8 ਵਜਣ ਚਾਹੇ 9 ਵਜਣ, ਜਿਹੜੀ ਕੰਪਲੀਟਾਂ ਉਹ ਅਸੀਂ ਕਰਾਂਗੇ।